ਹੈਲੋ ਮਾਰਵਾੜੀ ਘੋੜੀਆਂ ਦਾ ਦੂਜਾ ਰਾਊਂਡ ਜਿਹੜਾ ਉਹ ਸ਼ੁਰੂ ਹੋ ਚੁੱਕਿਆ। ਜਿਹੜੀਆਂ ਘੋੜੀਆਂ ਦੂਜੇ ਰਾਊਂਡ ਦੇ ਵਿੱਚ ਪਾਰਟਿਸਪੇਟ ਕਰਨਗੀਆਂ 225 ਸ਼ੋ ਨੰਬਰ 200 200 ਸ਼ੋ ਨੰਬਰ 201 201 ਅਤੇ ਲਾਸਟ ਸ਼ੋ ਨੰਬਰ 219 219 ਇਹ ਆਪੋ ਆਪਣੀਆਂ ਘੋੜੀਆਂ ਨੂੰ ਲੈ ਕੇ ਰਿੰਗ ਦੇ ਵਿੱਚ ਪਹੁੰਚੋ। ਸਾਡੇ ਵਾਸਤੇ ਬੜੇ ਮਾਣ ਵਾਲੀ ਗੱਲ ਹੈ ਅਗਰ ਲੁਧਿਆਣਾ ਨੂੰ ਰਿਪ੍ਰਜੈਂਟ ਕਰਦੇ ਹੋਏ ਜਿਸ ਤਰ੍ਹਾਂ ਮੈਂ ਕਿਹਾ ਕਿ ਅਸੀਂ ਇਸ ਤਰ੍ਹਾਂ ਮਹਿਸੂਸ ਕਰਦੇ ਹਾਂ ਕਿ ਇਕੱਲੇ ਸਰਦਾਰ ਕੁਲਵੰਤ ਸਿੰਘ ਸਿੱਧੂ MLA ਸਾਹਿਬ ਨਹੀਂ ਔਰ ਘੋੜੇ ਨੂੰ ਕਰਾਉਣੀ ਪੈਂਦੀ ਹੈ, ਉਸ ਤੋਂ ਬਾਅਦ ਕਈ ਵਾਰ ਉਹਦਾ ਮਾਲਕ ਵੀ ਕਰਦਾ। ਬਿਲਕੁਲ ਜੀ, ਜੋ ਰੂਲ ਐਂਡ ਰੈਗੂਲੇਸ਼ਨ ਨੇ ਜੋ ਲਲਟ ਹੋ ਜਾਣ, ਮਾਂ ਤਾਂ ਪਹਿਲਾਂ ਲਲਟ ਹੋਈ ਹੈ ਤੇ ਉਹ ਪਿਆਰ ਵਾਲੀ ਮਹਿਕ ਮਾਲਕ ਹੌਸਲਾ ਅਫਜਾਈ ਕਰਦੇ ਅਜਿਹੇ ਸ਼ੋਆਂ ਦੀ। ਸੋ ਬਹੁਤ ਨਿਮਾਣੀਆਂ ਸਾਡੇ ਘੋੜਿਆਂ ਸਾਡੀ ਰੂਹ ਸਕੂਨ ਦਿੰਦੀ ਹੈ। ਡਾਕਟਰ ਆਪੀ ਨਹੀਂ ਤਿਆਰ ਕਰ ਸਕਿਆ ਕਿਉਂਕਿ ਜੋ ਕੁਦਰਤ ਨੇ ਚੀਜ਼ ਬਣਾਤੀ ਉਹ ਕੁਦਰਤ ਨੇ ਜੋ ਚੀਜ਼ ਘੜਤੀ ਜਿਨ੍ਹਾਂ ਵੀਰਾਂ ਨੇ ਆਪਣੇ ਘੋੜਿਆਂ ਦੀ ਰਜਿਸਟਰੇਸ਼ਨ ਕਰਵਾਈ ਹੈ ਜੀ, ਉਹ ਇੱਕ ਪ੍ਰੋਪਰ ਪੇਜ ਦੇ ਉੱਪਰ ਘੋੜੇ ਦੀ ਡਿਟੇਲ ਲਿਖ ਕੇ ਦੇ ਕੇ ਜਾਓ। ਘੋੜੇ ਦਾ ਨਾਮ, ਘੋੜੇ ਦਾ ਸਾਇਰ, ਘੋੜੇ ਦਾ ਮਾਲਕ, ਉਹਦੇ ਪਿੰਡ ਦਾ ਨਾਮ, ਸਟੱਡ ਫਾਰਮ ਦਾ ਨਾਮ, ਸੋ ਜਿੰਨੀ ਵੀ ਤੁਸੀਂ ਡਿਟੇਲ ਆਪਣੇ ਘੋੜੇ ਬਾਰੇ ਲਿਖ ਕੇ ਸਲਿੱਪ 'ਤੇ ਦੇ ਸਕਦੇ ਹੋ ਤਾਂ ਉਸ ਹਿਸਾਬ ਨਾਲ ਹੀ ਅਸੀਂ ਜਦੋਂ ਤੁਹਾਡਾ ਘੋੜਾ ਡਿਸਪਲੇ ਹੋਣਾ ਰਿੰਗ ਦੇ ਵਿੱਚ ਬੇਸ਼ਕ ਬੰਦਿਆਂ ਦੇ ਸਿਹਰੇ ਪੜ੍ਹਨੇ ਆਪਾਂ ਕਰਦੇ ਆ।
ਮਾਰ ਦਿਓ ਜੀ ਤਾੜੀਆਂ। 10ਵੀਂ ਪੋਜੀਸ਼ਨ ਹਾਸਿਲ ਕੀਤੀ ਹੈ ਇਸ ਘੋੜੀ ਨੇ, ਬਹੁਤ ਹੀ ਖੂਬਸੂਰਤ ਘੋੜੀ, ਕਾਲੇ ਰੰਗ ਦੀ ਮੱਥੇ ਪੱਟਾ ਤੇ ਦੋ ਪੈਰ ਚਿੱਟੇ। ਬਾਈ ਇੰਦਰਜੀਤ ਵਾਲਕਰ ਸਟਾਰਟ ਫਾਰਮ, ਬਾਈ ਰਸਦੀਪ ਸਿੰਘ ਇਸ, ਤੇ ਬਾਈ ਯਾਦ ਗਰੇਵਾਲ। ਘੋੜੀ ਦਾ ਨਾਂ ਜੀ ਮੰਜ਼ਲ, ਦਾਨੇ ਘੋੜੀ ਦੀ ਬੱਚੀ ਆ, ਦਾਨਾ ਸਟਾਰਟ ਫਾਰਮ ਮਿਹਰਨਾ ਕਲਾ। ਜਿਸ ਕੋ ਨਵਾਂ ਸਥਾਨ ਇਨਾਮ ਤਕਸੀਮ ਕੀਤਾ ਜਾ ਸਕੇ। ਇਸ ਤੋਂ ਮਗਰ 8ਵੀਂ ਪੋਜੀਸ਼ਨ ਜਿਸ ਘੋੜੀ ਨੇ ਹਾਸਲ ਕੀਤੀ ਹੈ ਉਸਦਾ ਸ਼ੋ ਨੰਬਰ ਹੈ ਜੀ 2 2 5। 9ਵੀਂ ਪੋਜੀਸ਼ਨ ਹਾਸਲ ਕੀਤੀ ਹੈ ਇਸ ਘੋੜੀ ਨੇ, ਰਾਜ ਘੋੜੀ ਦੀ ਬੱਚੀ ਹੈ ਜੀ ਇਹ, ਉੱਥੋਂ ਆਪਦੀ ਇਨਾਮ ਰਾਸ਼ੀ ਪ੍ਰਾਪਤ ਕਰ ਸਕਦੇ ਹੋ। ਉਹ ਟਰਾਫੀ ਦੀ ਟਰਾਫੀ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਲੇਟ ਹੋ ਗਏ ਤੁਸੀਂ। ਪ੍ਰਾਈ ਕਮਾਲ ਸਟਾਰਟ ਫਾਰਮ ਦੀ ਘੋੜੀ ਹੈ ਜੀ, ਸਾਡੇ ਬਹੁਤ ਹੀ ਸਤਿਕਾਰਯੋਗ ਅੰਕਲ ਬਿੱਟੂ ਕਮਾਲ ਜੀ। ਘੋੜੀ ਦਾ ਰਾਮ ਨਾਮ ਹੈ ਜੀ ਰਾਣੀ ਲਕਸ਼ਮੀ। ਚਲਾ ਜੀ 6ਵੀਂ ਬਹੁਤ ਬਹੁਤ ਮੁਬਾਰਕਾਂ ਜੀ। 104 104 ਪੋਜੀਸ਼ਨ ਸਾਡਾ ਬਾਈ ਰੋਹਿਤ ਟੰਡਨ, ਟੰਡਨ ਸਟੱਡ ਫਾਰਮ ਸਰਹੰਦ, ਤੇ ਬਾਈ ਅਮਰਿੰਦਰ ਖਮਾਣੋ ਜਿਹਨੂੰ ਅਸੀਂ ਪਿਆਰ ਨਾਲ ਘੋੜੀ ਦਾ ਨਾਂ ਜੀ ਜਾਲਾ ਵੀ ਕਹਿੰਦੇ ਹਾਂ। ਜਿਸ ਘੋੜੀ ਨੇ ਹਾਸਲ ਕੀਤੀ ਹੈ ਜੀ ਉਸ ਘੋੜੀ ਦਾ ਸ਼ੋ ਨੰਬਰ ਹੈ 276 276। ਉਹ ਵੀ ਅੰਦਰ ਆਉਣ। ਇਹ ਦੇਵਰਾਜ ਘੋੜੇ ਦੀ ਬੱਚੀ ਹੈ ਜੀ, ਇਹਦਾ ਨਾਮ ਮਨੀ ਟੰਡਨ, ਸਾਈਡ ਬਾਏ ਦੇਵਰਾਜ ਰਹੀ ਗ੍ਰੈਂਡ ਸਾਇਰ ਦਿਲਵਾ। ਸੋ ਵਾਕਿਆ ਅਡਲਟ ਦੇ ਵਿੱਚ ਇਹਨੇ ਅਜੇ ਨੇ ਬਹੁਤ ਮੁਕਾਬਲੇ ਸ਼ੁਰੂਆਤ ਦੀ ਹੋਈ ਹੈ, ਜ਼ਰੂਰੀ ਕਹਿੰਦੇ ਕੱਲ ਇਹ ਚੜੀ ਨਹੀਂ ਚੜੀ ਨਹੀਂ। ਤੇ ਸਾਡਾ ਇਹ ਰੂਲ ਹੁੰਦਾ ਵੀ ਜੇ ਵੱਡੇ ਘੋੜਿਆਂ ਦੇ ਬਰਾਬਰ ਪਾਉਣੀ ਤਾਂ ਪਾ ਸਕਦੇ ਹੋ, ਕਿਉਂਕਿ ਅਡਲਟ ਦਾ ਫਿਰ ਤੁਸੀਂ ਜਵਾਨ ਹੋ ਗਿਆ, ਤੇ ਕਈ ਨਿੱਕੇ ਨਿੱਕੇ ਜਵਾਕ ਵੱਡਿਆਂ ਦਾ ਪੰਗੇ ਲੈ ਲੈਂਦੇ ਆ, ਪਰ ਅੱਜ ਫਿਰ ਵੇਖ ਲਓ ਵੀ ਮਾਰ ਵੀ ਮਾਰ ਗਏ। 5ਵੀਂ ਲਓ ਜੀ ਪੋਜੀਸ਼ਨ ਜਿਸ ਘੋੜੀ ਨੇ ਹਾਸਲ ਕੀਤੀ ਹੈ ਜੀ ਉਸਦਾ ਸ਼ੋ ਨੰਬਰ
ਚੱਲਿਆ ਤੂੰ ਚੀਕਾਂ ਕਢਾ ਨਾ ਤੇ ਅੱਜ ਇਹਦਾ ਗੱਲ ਬੈਠਣਾ ਜੀ ਮੇ ਪਤਾ ਨਹੀਂ ਸਾਊਂਡ ਵਾਲਾ ਭਰਾ ਕਈ ਆਵਾਜ਼ਾਂ ਜੀ ਕਢਾਉਂਦਾ ਪਤਾ ਨਹੀਂ ਆਪ ਹੀ ਵਾਕਿਆ ਹੀ ਕੋ ਚਲਾ ਕੇ ਨਾ ਹੈਲੋ ਹੈਲੋ ਬਾਈ ਜੀ ਕਿਸੇ ਵੀਰ ਦੇ ਡਾਲਰ ਡਿੱਗੇ ਆ ਉਹ ਨਿਸ਼ਾਨੀ ਦੱਸ ਕੇ ਇੱਥੋਂ ਮੇਰੇ ਕੋਲੋਂ ਲੈ ਜਾਓ ਕਿਹੜੀ ਕਿੰਨੇ ਡਾਲਰ ਆ ਕਿਹੜੀ ਕੰਟਰੀ ਦੇ ਆ ਤੁਹਾਨੂੰ ਡਾਲਰ ਕਿੱਥੋਂ ਦੇ ਆ ਮੈਨੂੰ ਦੱਸ ਮੈਂ ਦੱਸਾਂਗਾ ਮੇਰੇ ਤਾਂ ਨਹੀਂ ਡਿੱਗਦੇ ਇਹ ਛੱਲੇ ਨੇ ਜਿਹੜੇ ਕੱਲ ਰਾਤ ਬੈਠ ਕੇ ਛਾਪੇ ਉਹੀ ਡਿੱਗਿਆ ਮੈਨੂੰ ਲੱਗਦਾ ਚੌਥੀ ਸੋਏ ਕਾਲੇ ਕਾਂਟੇ ਦੀ ਬੱਚੀ ਆ ਜੀ ਇਹਦੀ ਮਾਂ ਰਾਜ ਹੰਸ ਦੀ ਆ ਘੋੜੀ ਦਾ ਨਾਂ ਜੀ ਨਗਮਾ ਕਾਲੇ ਕਾਂਟੇ ਦੀ ਧੀ ਆ ਜੀ ਇਹਦੀ ਮਾਂ ਰਾਜ ਹੰਸ ਦੀ ਆ ਜੀ ਇਹਦਾ ਓਨਰ ਆ ਮੇਰਾ ਵੀਰ ਰਣਦੀਪ ਸਿੰਘ ਰਣੀ ਪਿੰਡ ਭਾਗਸਰ ਬਹੁਤ ਬਹੁਤ ਮੁਬਾਰਕਾਂ ਇੱਧਰ ਗੁੱਟ ਜਾ ਮੈਂ ਹੋਰ ਹੀ ਪਾਸੇ ਹੱਥ ਚੱਕ ਪਾ ਰਣੀ ਥੋੜ੍ਹਾ ਹਿੰਮਤ ਭਰਦੀ ਹੈ ਯਾਰ ਆ ਬੇਟਾ ਇਹਨੇ ਨਹੀਂ ਹਟਣਾਗਾ ਤੀਜੀ ਜਿਹੜੀ ਇੱਕੋ ਹਟਾ ਦੇ ਤੇ ਹੁਣ ਤੇਜ਼ ਕਰਦੇ ਰੱਖੋ ਜੀ ਨਾਜ਼ਮੀ ਕਾਲੇ ਕਾਂਟੇ ਦੀ ਧੀ ਆ ਜੀ ਇਹ ਫੋਰਥ ਪੋਜੀਸ਼ਨ ਹਾਸਿਲ ਕੀਤੀ ਆ ਇਸ ਘੋੜੀ ਨੇ ਕਾਲੇ ਕਾਂਟੇ ਦੀ ਧੀ ਆ ਜੀ ਇਹ ਜਿਸਨੇ ਫੋਰਥ ਪੋਜੀਸ਼ਨ ਹਾਸਿਲ ਕੀਤੀ ਆ ਜੀ ਅੰਮ੍ਰਿਤਸਰ ਤੋਂ ਇਹ ਘੋੜੀ ਆਈ ਹੈ ਜੀ ਨਾਜ਼ਮੀ ਕਾਲੇ ਕਾਂਟੇ ਦੀ ਧੀ ਹੈ ਜੀ ਇਹ ਹਾਂਜੀ ਛੱਲਾ ਸਾਹਿਬ ਬੋਲੋ ਜੀ ਹੁਣ ਥਰਡ ਪੋਜੀਸ਼ਨ ਛੱਲਿਆ ਯਾਰ ਤਾਂ ਛੱਡਦੇ ਭਰਾਵਾ ਛੱਡਦੇ ਯਾਰ ਸਾਊਂਡ ਵਾਲੇ ਨੇ ਪੰਗਾ ਪਾਤਾ ਜੀ ਇਹ ਹਿਸਾਬ ਨਾਲ ਛੱਲਾ ਬੋਲੀਆਂ ਮੈਨੂੰ ਲੱਗਦਾ ਆਪਾਂ ਨੂੰ 14 ਤਰੀਕ ਹੋ ਜੂ ਤੀਸਰੀ ਥਰਡ ਪੋਜੀਸ਼ਨ ਹਾਸਿਲ ਕੀਤੀ ਹੈ ਇਸ ਘੋੜੀ ਨੇ ਬਹੁਤ ਹੀ ਪਿਆਰੀ ਕਾਲੇ ਰੰਗ ਦੀ ਘੋੜੀ ਮੱਥੇ ਪੱਟਾ ਤੇ ਦੋ ਪੈਰ ਚਿੱਟੇ ਛੱਲਾ ਜੀ ਦੂਸਰੀ ਵੀ ਬੋਲ ਦਿਓ ਨਾਲ ਤਾਂ ਕਿ ਆਪਾਂ ਸਭਾ ਦਾ ਯਾਰ ਬਹੁਤ ਖਿਆਲ ਰੱਖਣਾ ਪੈਣਾ ਪਲੀਜ਼ ਇਸ ਘੋੜੀ ਦੇ ਪ੍ਰਸ਼ੰਸਕ ਇਹਦੇ ਨਾਲ ਤੁਰੇ ਆਉਂਦੇ ਆ ਵੀ ਬਹੁਤ ਹੀ ਖੂਬਸੂਰਤ ਨਜ਼ਾਰਾ ਲੱਗਿਆ ਇਨਾਮ ਲੈਣ ਲਈ ਘੋੜੀ ਅੱਗੇ ਅੱਗੇ ਤੇ ਉਹਦੇ ਪ੍ਰਸ਼ੰਸਕ ਉਹਦੇ ਦੀਵਾਨੇ ਉਹਦੇ ਪਿੱਛੇ ਪਿੱਛੇ ਜਿਵੇਂ ਨਾਨਕਾ ਮੇਲਾ ਆ ਵੇ ਮਾਮੇ ਜੀ ਦਾ ਵਾਹ ਜੀ ਵਾਹ ਸਾਡੇ ਡਾਕਟਰ ਸਾਹਿਬ ਬਾਖੂਬੀ ਇਹੋ ਜਿਹੇ ਮੌਕਿਆਂ ਤੇ ਹਾਜ਼ਰ ਹੁੰਦੇ ਨੇ ਛੱਲਾ ਜੀ ਇਸ ਘੋੜੀ ਦਾ ਨਾਂ ਜੀ ਰੁਕਮਣੀ ਤੇ ਇਹ ਉਸ ਘੋੜੀ ਦੀ ਧੀ ਆ ਜੀ ਜਿਸਨੇ ਕਿ ਇਹ ਆਪਣੀ ਬਲੱਡ ਲਾਈਨ ਚਲਾਈ ਬਿਊਟੀ ਦੇ ਵਿੱਚ ਵੱਖਰਾ ਨਾਂ ਬਣਾਇਆ ਰੁਕਮਣੀ
ਆਲੀ ਸ਼ਾਨ ਘੋੜੇ ਦੀ ਧੀ ਹੈ ਜੀ, ਚੌਧਰੀ ਸਟੱਡ ਫਾਰਮ ਲੀਲਾ, ਉਸ ਫਾਰਮ ਤੇ ਸਟੇਬਲ ਹੈ ਜੀ। ਬਹੁਤ ਬਹੁਤ ਵਧਾਈਆਂ ਬਾਈ ਤਾਰੀ ਲੀਲਾ ਨੂੰ, ਬਹੁਤ ਹੀ ਪਿਆਰੀ ਘੋੜੀ ਰੁਖਮਣੀ। ਪਿੰਡੀ ਜੀ ਖੋਲਣੀ ਸਿੱਖ ਜਾਂਦੀ ਸੀ, ਹਰ ਰੋਜ਼ ਦੁੱਧ ਪੀ ਜਾਂਦੀ ਸੀ। ਹਾਂਜੀ, ਉਹੀ ਪੱਗ ਸਾਉਣ ਵਾਲੇ ਨੇ ਆਪਣੇ ਛੱਲੇ ਨੂੰ ਪਾਤਾ। ਗੱਲ ਮਸਾ ਕੀ ਹੈ, ਉਹ ਤਿੰਨ ਚਾਰ ਬੰਦੇ ਇਹੋ ਜਿਹੇ ਖੜੇ ਸੀ, ਛੇ ਛੇ ਫੁੱਟੇ, ਤੇ ਸਾਉਣ ਵਾਲਾ ਕਰੇ ਵੀ ਕੀ। ਇਹਨਾਂ ਨੇ ਸਾਰੇ ਨਜ਼ਾਰੇ ਵੇਖੇ ਹੁੰਦੇ ਵਿਆਹਾਂ ਦੇ ਵਿੱਚ। ਘੋੜੀ ਦਾ ਨਾਂ ਜੀ ਹੀਨਾ, ਦਿਲਵਾ ਘੋੜੇ ਦੀ ਧੀ ਹੈ ਜੀ, ਇਹ ਅੰਮ੍ਰਿਤਸਰ ਸ਼ਹਿਰ ਤੋਂ ਆਈ ਆ। ਸੋ ਅੱਜ ਦੀ ਜੋ ਚੈਂਪੀਅਨ ਘੋੜੀ ਹੈ ਜੀ, ਉਹਦਾ ਨਾਮ ਹੈ, ਲੋ ਵੀ ਤਾੜੀਆਂ ਮਾਰ ਦਿਓ, ਘੋੜੀ ਦਾ ਨਾਂ ਜੀ ਨਾਗਮਣੀ। ਨਾਗਮਣੀ ਸ਼ਪਤਾਸ਼ ਘੋੜੇ ਦੀ ਧੀ ਹੈ ਜੀ, ਇਹ ਜੋਧਪੁਰ ਚੈਂਪੀਅਨ ਸ਼ਪਤਾਸ਼ ਘੋੜਾ, ਅੱਜ ਉਹ ਘੋੜੇ ਦੀ ਧੀ ਚੈਂਪੀਅਨ ਬਣੀ ਹੈ ਜੀ, ਨਾਗਮਣੀ। ਬਹੁਤ ਬਹੁਤ ਮੁਬਾਰਕਾਂ ਸਾਡਾ ਭਰਾ ਸੰਦੀਪ ਬਰਾੜ ਜੈਤੋਂ। ਸੋਹਾਰੀ ਲੀਲਾ ਸੰਦੀਪ ਜੈਤੋਂ, ਤਾਰੀ ਲੀਲਾ, ਜਿਨ੍ਹਾਂ ਨੇ ਬਚਪਨ ਦੇ ਵਿੱਚ ਹੀ ਘੋੜਿਆਂ ਦਾ ਸ਼ੌਕ ਪਾਲਿਆ, ਔਰ ਕੁਝ ਸਾਲਾਂ ਦੇ ਵਿੱਚ ਹੀ ਸਾਡੇ ਵੇਖਦਿਆਂ ਵੇਖਦਿਆਂ ਵੱਖਰਾ ਮੁਕਾਮ ਸੰਦੀਪ ਜੈਤੋਂ ਨੇ ਪ੍ਰਾਪਤ ਕਰ ਲਿਆ। ਇੱਕ ਵਾਰ ਗੇਟ ਤੇ ਸਾਡੇ ਸੁਪਰ ਸਟਾਰ ਸਾਡੇ ਵੀਰ ਸਨੀ ਰਣੀਆ ਪਹੁੰਚੇ ਹੋਏ ਹੈ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਸਨੀ ਗਿੱਲ ਰਣੀਆ ਜਿਹਨੇ